ਗਤਕਾ ਗਲੋਬਲ ਗਰੁੱਪ ਦੇ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ਇਹ ਇੱਕ ਉਪਰਾਲਾ ਕੀਤਾ ਗਿਆ ਜੋ ਕਿ ਜਿਹੜੇ ਵੀ ਦਸਤਾਰ ਸਿੱਖਣਾ ਚਾਹੁੰਦੇ ਵੀ ਆਹ ਲੋਕਡਾਊਨ ਦੇ ਕਰਕੇ ਘਰੇ ਵਿਹਲੇ ਨੇ ਉਹਨਾਂ ਨੂੰ ਅਸੀਂ ਦੱਸਣ ਦੇ ਵਾਸਤੇ ਇੱਕ ਉਪਰਾਲਾ ਕੀਤਾ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਆ ਜੋ ਸਿਉਣ ਵਾਲੀ ਜਿੱਥੇ ਆਪਣੀ ਸਿਉਣ ਬੱਚੀ ਵੀ ਆ ਇਸ ਥਾਂ ਤੋਂ ਇੱਕ ਪਾਸੇ ਲੜ ਅੰਦਰ ਸਿੱਟ ਲੈਣਾ ਦੂਸਰੇ ਪਾਸੇ ਵੀ ਅੰਦਰ ਕਰਕੇ ਲੜ ਇੱਕ ਇੱਕ ਥੋੜ੍ਹਾ ਥੋੜ੍ਹਾ ਪਿੱਛੇ ਕਰਦੇ ਜਾਣਾ ਅਤੇ ਦਸਤਾਰ ਨੂੰ ਥੋੜ੍ਹਾ ਥੋੜ੍ਹਾ ਖਿੱਚਦੇ ਜਾਣ ਅਤੇ ਜਿਹੜੇ ਕਿ ਆਪਾਂ ਡਬਲ ਲੜ ਬਣਾਉਂਦੇ ਹਾਂ ਉਸ ਦੇ ਲਈ ਕੀ ਆ ਇੱਕ ਆਹ ਲੜ ਫੜ ਕੇ ਅਤੇ ਇੱਕ ਆ ਦੂਸਰਾ ਲੜ ਫੜ ਕੇ ਇਸ ਤਰੀਕੇ ਨਾਲ ਦੋਨੇ ਲੜ ਬਰਾਬਰ ਕਰ ਲੈਣੇ ਆ ਠੀਕ ਹੈ ਇਸ ਲੜ ਨੂੰ ਇਸ ਤਰੀਕੇ ਕਰਕੇ ਆਹ ਉੱਪਰ ਦੇ ਲੈ ਕੇ ਇਸ ਤਰੀਕੇ ਨਾਲ ਗੰਢ ਪਾੜ ਲੈਣੀ ਗੰਢ ਆਪਾਂ ਤਾਂ ਪਾਉਂਦੇ ਤਾਂ ਜੋ ਕਰਕੇ ਕਿ ਜਿਹੜੀ ਦਸਤਾਰ ਦੀ ਪੂਣੀ ਖੁੱਲ੍ਹੇ ਨਾ ਇਸ ਤਰੀਕੇ ਨਾਲ ਆਪਾਂ ਲੜਾਂ ਨੂੰ ਸਾਫ਼ ਕਰ ਲੈਣਾ ਜਾਂ ਤਾਂ ਜੋ ਕਰਕੇ ਜਿਹੜੇ ਕਿ ਆਪਾਂ ਲੜ ਲਾਉਣ ਜਦੋਂ ਆਪਾਂ ਲੜ ਲਾਵਾਂਗੇ ਉਹ ਸਾਫ਼ ਸਾਫ਼ ਲੜ ਹੀ ਲੱਗ ਸਕਣ ਖਰਾਬ ਲੜ ਨਾ ਲੱਗਣ ਜਿਸ ਤਰੀਕੇ ਨਾਲ ਆਪਾਂ ਪੜ ਕਰਕੇ ਬੰਨਦੇ ਹਾਂ ਆਪਾਂ ਕੀ ਕਰਨਾ ਜਿਹੜੇ ਆਪਾਂ ਲੜ ਸੀ ਮਾਰ ਕੇ ਨਾਲ ਲੜਨਾ
ਆਪਾਂ ਇੱਕ ਸਿੰਗਲ ਅੜੀ ਬਣਾ ਜ਼ਿਆਦਾ ਵਧੀਆ ਰਹਿੰਦਾ, ਸਿੰਗਲ ਅੜ ਹੀ ਬਣਾਉਣਾ ਚਾਹੀਦਾ ਇਹਨੂੰ। ਕਈ ਵੀਰ ਆ ਕਿ ਡਬਲ ਅੜ ਵੀ ਬਣਾ ਲੈਂਦੇ, ਚਲੋ ਡਬਲ ਅੜ ਬਣਦਾ, ਡਬਲ ਬਣਾ ਲਓ, ਅਤੇ ਜੇ ਸਿੰਗਲ ਆਪਾਂ ਬਣਨਾ ਤਾਂ ਵੀ ਕੋਈ ਦਿੱਕਤ ਨਹੀਂ ਗਾ, ਸਿੰਗਲ ਵੀ ਬਣਾ ਸਕਦੇ, ਸਿੰਗਲ ਅੜ ਵੀ ਆਪਾਂ ਲਾ ਸਕਦੇ, ਡਬਲ ਅੜ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਅਖੀਰ ਦੇ ਵਿੱਚ ਨਾਲ ਤਾਂ ਜੀ ਦੱਸ ਆਪਾਂ ਲੜ ਲਾ ਲਾਂਗੇ ਅਖੀਰ ਦਾ ਪੱਗ ਪਿੰਨਾ। ਆਪਾਂ ਨੂੰ ਸ਼ੇਪ ਹੈ ਜੋ ਆਪਾਂ ਪਟਿਆਲਾ ਸ਼ਾਹੀ ਦੀ ਆਪਾਂ ਇਹਨੂੰ ਸ਼ੇਪ ਦਿੱਤੀ ਹੈ। ਇਸੇ ਤਰੀਕੇ ਨਾਲ ਪੱਗ ਪਿੰਡ ਇੱਥੇ ਆਪਾਂ ਪੱਗ ਪਿੰਡ ਲਾ ਦਾਂਗੇ। ਪੱਗ ਪਿੰਡ ਲਾ ਕੇ ਬੜਾ ਹੀ ਆਰਾਮ ਦੇ ਤਰੀਕੇ ਨਾਲ ਅੰਗੂਠੇ ਦੇ ਨਾਲ ਵਰਤੋਂ ਕਰਕੇ ਅਸੀਂ ਅੰਗੂਠੇ ਨਾਲ ਆਪਾਂ ਦੇਖ ਲਿਆ ਥੋੜ੍ਹੀ ਨੱਕ ਦਸਤਾਰ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਰ ਪ੍ਰੀਤਪਾਲ ਸਿੰਘ ਰਮਾਣਾ ਜੀ ਦਾ ਬੇਟਾ ਇਹ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਗੱਤਕਾ ਗਲੋਬਲ ਗਰੁੱਪ ਦੇ ਪੇਜ ਤੋਂ ਅੱਜ ਲਾਈਵ ਹੋ ਕੇ ਦਸਤਾਰ ਸਿਖਾਈ ਹੈ। ਵੀਰ ਪ੍ਰੀਤਪਾਲ ਸਿੰਘ ਜੀ ਰਮਾਣਾ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਕਿਹਾ ਵੀ ਅਸੀਂ ਆਪਦੇ ਪੇਜ ਦੇ ਥਰੂ ਜੋ ਕਿ ਖਾਲਸਾ ਸਾਜਨਾ ਦਿਵਸ ਦਸਤਾਰ ਦਿਵਸ ਨੂੰ ਸਮਰਪਿਤ ਲਾਈਵ ਦਸਤਾਰ ਜੋ ਤੁਸੀਂ ਸਿਖਾ ਸਕਦੇ ਹੋ ਤਾਂ ਸਾਨੂੰ ਜ਼ਰੂਰ ਸਾਡੇ ਪੇਜ 'ਤੇ ਸਿਖਾਓ। ਅਸੀਂ ਪ੍ਰੀਤਪਾਲ ਸਿੰਘ ਰਮਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੱਤਕਾ ਗਲੋਬਲ ਦੇਖ ਰਹੇ ਜਿੰਨੇ ਵੀ ਵੀਰਾਂ ਨੇ ਸਾਡੀ ਵੀਡੀਓ ਨੂੰ ਦੇਖਿਆ ਉਹਨਾਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਅਸੀਂ ਬੇਨਤੀ ਕਰਦੇ ਸਾਰੇ ਵੀਰਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।